ਖਬਰ ਸੰਬਰਾਲਾ ਤੋਂ ਹੈ ਜਿੱਥੇ ਕੁਝ ਦਿਨ ਪਹਿਲਾਂ 20 ਸਾਲਾ ਇੱਕ ਮੰਦਬੁੱਧੀ ਲੜਕੀ ਨਾਲ ਹੋਏ ਰੇਪ ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਦੇ ਵਿਰੋਧ ਵਜੋਂ ਬੀਤੇ ਦਿਨ ਪਿੰਡ ਦੇ ਲੋਕਾਂ ਅਤੇ ਜਥੇਬੰਦੀਆਂ ਵੱਲੋਂ ਥਾਣਾ ਸੰਬਰਾਲਾ ਅੱਗੇ ਖੂਬ ਹੰਗਾਮਾ ਵੀ ਕੀਤਾ ਗਿਆ। ਇਹ ਲੋਕ ਜਿਹੜੇ ਇਨਸਾਫ ਦੀ ਮੰਗ ਕਰਦੇ ਹੋਏ ਲੜਕੀ ਨਾਲ ਰੇਪ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਇਸ ਹੰਗਾਮੇ ਮਗਰੋਂ ਰੋਹ ਵਿੱਚ ਆਏ ਲੋਕਾਂ ਵੱਲੋਂ ਸ਼ਹਿਰ ਦੇ ਮੇਨ ਚੌਂਕ ਵਿੱਚ ਪਹੁੰਚ ਕੇ ਲੁਧਿਆਣਾ ਚੰਡੀਗੜ੍ਹ ਹਾਈਵੇ ਨੂੰ ਜਾਮ ਵੀ ਕਰ ਦਿੱਤਾ। ਪਰ ਇਹ ਧਰਨਾਕਾਰੀ ਪੁਲਿਸ ਦੇ ਕਥਿਤ ਦੋਸ਼ੀਆਂ ਦੀ ਮਦਦ ਕਰਨ ਦੇ ਦੋਸ਼ ਲਾਉਂਦੇ ਹੋਏ ਧਰਨੇ 'ਤੇ ਬੈਠੇ ਰਹੇ। ਮੰਦਬੁੱਧੀ 20 ਸਾਲਾ ਲੜਕੀ ਨਾਲ ਰੇਪ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਮਰਾਲਾ ਵਿਖੇ ਜਥੇਬੰਦੀਆਂ ਨੇ ਜਿਹੜਾ ਖੂਬ ਜਿਹੜਾ ਜਾਮ ਲਗਾ ਦਿੱਤਾ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਇਹਨਾਂ ਦੀ ਮੰਗ ਜਾਇਜ਼ ਆ, ਕਿਉਂਕਿ ਜਦੋਂ ਅਜਿਹੀ ਇੱਕ ਘਟਨਾ ਹੁੰਦੀ ਆ ਸਾਨੂੰ ਪ੍ਰਸ਼ਾਸਨ ਨੂੰ ਤਾਂ ਪਹਿਲਾਂ ਇਹ ਚਾਹੀਦਾ ਵੀ ਉਹਦਾ ਜਲਦ ਤੋਂ ਜਲਦ ਨਿਪਟਾਰਾ ਕਰਨ, ਤਾਂ ਕਿ ਜਿਹੜੇ ਇਹੋ ਜਿਹੇ ਅਨਸਰ ਨੇ ਉਹਨਾਂ 'ਤੇ ਕਾਬੂ ਪਾਇਆ ਜਾ ਸਕੇ ਅਤੇ ਅਜਿਹੀ ਘਟਨਾ ਨਾ ਵਾਪਰੇ। ਇੱਕ ਬਹੁਤ ਸ਼ਰਮਸਾਰ ਗੱਲ ਆ ਵੀ 5 ਦਿਨਾਂ ਬਾਅਦ FIR ਦਰਜ ਹੁੰਦੀ ਆ, ਹਜੇ ਤੱਕ ਕੋਈ ਅਰੈਸਟ ਨਹੀਂ ਕੀਤੀ ਗਈ, ਅਤੇ ਲੋਕਾਂ ਨੂੰ ਆਪਣੇ ਹੱਕਾਂ ਲਈ, ਬੁਨਿਆਦੀ ਹੱਕਾਂ ਦੇ ਲਈ ਸੜਕਾਂ ਬੰਦ ਕਰਨੀਆਂ ਪੈ ਰਹੀਆਂ ਨੇ। ਇਹ ਮੰਦਭਾਗੀ ਗੱਲ ਆ। ਹੁਣ ਇਹ ਹਫ਼ਤੇ ਦਾ ਟਾਈਮ ਦੇ ਰਹੇ ਨੇ, ਪਰ ਹਜੇ ਕਮੇਟੀ ਸਾਰੀ ਸਲਾਹ ਕਰੂਗੀ ਵੀ ਕਿਵੇਂ ਕਰਨਾ, ਕਿਉਂਕਿ ਆਲਰੇਡੀ ਇਹਨਾਂ ਨੇ 5 ਦਿਨ ਤਾਂ FIR ਦਰਜ ਕਰਨ ਨੂੰ ਲਾਤੇ ਨੇ, ਜਿਹੜੀ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਆ 24 ਘੰਟੇ 'ਚ ਹੋਣੀ ਚਾਹੀਦੀ ਆ। ਤੋ ਮੈਂ ਤਾਂ ਆਪਣੇ ਕੋਲ ਇਹ ਵੀ ਡਿਮਾਂਡ ਕਰਦਾ ਵੀ ਜਿਹੜੇ ਅਫਸਰ ਇਹਨਾਂ ਨੇ ਕੁਤਾਹੀ ਵਰਤੀ ਉਹਨਾਂ 'ਤੇ ਵੀ ਬਣਦੀ ਢੁਕਵੀਂ ਕਾਰਵਾਈ ਕਰਕੇ ਉਹਨਾਂ ਦੀ ਸਸਪੈਂਸ਼ਨ ਹੋਣੀ ਚਾਹੀਦੀ ਆ, ਕਿਉਂਕਿ ਅਜਿਹੇ ਤਰੀਕੇ ਨਾਲ ਜਿਹੜੇ ਅਨਸਰ ਇਹੋ ਜਿਹੇ ਗਲਤ ਸਮਾਜ ਦੇ ਅਨਸਰ ਨੇ, ਉਹ ਉਹਨਾਂ ਨੂੰ ਹੌਸਲਾ ਮਿਲਦਾ, ਉਹਨਾਂ ਨੂੰ ਸਮਾਂ ਮਿਲਦਾ ਕਿ ਉਹ ਇਹੋ ਜਿਹੀਆਂ ਗਲਤ ਹਰਕਤਾਂ ਕਰਕੇ ਤਾਂ ਬਚ ਕੇ ਨਿਕਲ ਜਾਂਦੇ ਨੇ, ਅਤੇ ਫਿਰ ਬੜੇ ਢੰਗ ਤਰੀਕੇ ਅਪਣਾਉਂਦੇ ਨੇ। ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਕਰੋ, ਕਿਉਂਕਿ ਇਹ ਲੋਕ ਰੋਸਾ ਜਿਹੜਾ ਹੋ ਰਿਹਾ ਇਹ ਵਧੂਗਾ। ਮੰਗਾਂ ਕਿਹੜੀਆਂ ਕਿਹੜੀਆਂ ਨੇ? ਮੰਗਾਂ ਇਹਨਾਂ ਦੀਆਂ ਨੇ ਵੀ, ਇੱਕ ਇਹਨਾਂ ਨੇ ਕਿਹਾ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਪਹਿਲਾਂ 24 ਘੰਟੇ ਦੀ ਗੱਲ ਕਰਦੇ ਸੀ, ਸਰਕਾਰ ਨੇ, ਪ੍ਰਸ਼ਾਸਨ ਨੇ ਕਿਹਾ ਵੀ 7 ਦਿਨਾਂ ਦਾ ਸਾਨੂੰ ਟਾਈਮ ਦਿਓ, ਸਾਨੂੰ ਟੈਕਨੀਕਲੀ ਹੈਂਡਲ ਕਰਨਾ ਪੈਂਦਾ। ਇੱਕ ਲੋਕਾਂ 'ਚ ਇਹ ਵੀ ਰੋਸਾ ਬਹੁਤ ਆ ਵੀ ਜਿਹੜੀ ਇਹ ਉਹਨਾਂ ਦਾ ਮੈਡੀਕਲ ਰਿਪੋਰਟ ਬੱਚੀ ਸਾਡੀ ਦੀ 24 ਘੰਟੇ ਅੰਦਰ ਹੋਣੀ ਚਾਹੀਦੀ ਸੀ, ਉਹਨੂੰ ਇਹਨਾਂ ਨੇ 5ਵੇਂ ਦਿਨ ਤੱਕ ਜਾ ਕੇ ਲੈ ਕੇ, ਉਹ ਵੀ ਇਹਨਾਂ ਨੂੰ ਸਾਰੇ ਪਿੰਡ ਨੂੰ ਇਕੱਠਾ ਹੋ ਕੇ ਥਾਣੇ ਜਾਣਾ ਪਿਆ, ਤਾਂ FIR ਦਰਜ ਹੋਈ ਆ। DSP ਸਾਹਿਬ ਆਏ ਸੀ, ਉਹਨਾਂ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਜੀ? DSP ਸਾਹਿਬ ਨੇ ਹਫ਼ਤੇ ਦਾ ਟਾਈਮ ਮੰਗਿਆ ਵੀ ਸਾਨੂੰ ਹਫ਼ਤੇ ਦਾ ਟਾਈਮ ਦਿੱਤਾ ਜਾਵੇ, ਤਾਂ ਕਿ ਅਸੀਂ ਉਹਦੇ ਅੰਦਰ ਇਹਦੀ ਜੋ ਬਣਦੀ ਕਾਰਵਾਈ ਆ ਟੈਕਨੀਕਲ ਐਂਗਲ ਦੇਖਦੇ ਹੋਏ ਕਰੀ ਜਾਵੇ। ਪਰ ਇਸ ਟਾਈਮ ਇਮੋਸ਼ਨਸ ਲੋਕਾਂ ਦੇ ਇੰਨੇ ਜ਼ਿਆਦਾ ਹਾਵੀ ਹੋਏ ਹੋਏ ਨੇ, ਕਿਉਂਕਿ ਇੱਕ ਬਹੁਤ ਮਾੜੀ ਗੱਲ ਆ ਵੀ ਕਿਸੇ ਬੱਚੀ ਨੇ ਇਹੋ ਜਿਹਾ ਕੰਮ ਹੋਣਾ, ਉਹਦੀ ਸਾਰੀ ਜ਼ਿੰਦਗੀ ਖਰਾਬ ਇਸ ਚੀਜ਼ਾਂ ਹੋ ਜਾਂਦੀ ਆ। ਸੋ ਇਸ ਲਈ ਇਮੋਸ਼ਨਸ ਕਰਕੇ ਜੇ ਸਾਰੀ ਜਿਵੇਂ ਬਾਕੀ ਕਮੇਟੀ ਸਲਾਹ ਕਰੂਗੀ ਉਵੇਂ ਹੀ ਫੈਸਲਾ ਕੀਤਾ ਜੀ। ਤੁਸੀਂ ਪੀੜਤ ਦੇ ਪਰਿਵਾਰ ਮੈਂਬਰਾਂ ਨੂੰ ਵੀ ਮਿਲੇ ਹੋ ਜੀ, ਉਹਨਾਂ ਨਾਲ ਵੀ ਤੁਹਾਡੇ ਨਾਲ ਗੱਲਬਾਤ ਹੋਈ ਆ, ਉਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਜੀ? ਉਹਨਾਂ ਨੇ ਇਹੀ ਕਿਹਾ ਗਿਆ ਵੀ ਸਾਨੂੰ ਤਾਂ ਨਿਆਏ ਚਾਹੀਦਾ, ਇਨਸਾਫ ਚਾਹੀਦਾ, ਜਲਦ ਤੋਂ ਜਲਦ ਬੰਦੇ ਅਰੈਸਟ ਚਾਹੀਦੇ ਨੇ, ਕਿਉਂਕਿ ਜੋ ਇਹ 'ਚ ਵਾਕਿਆ ਹੋ ਗਿਆ ਇਹ ਆਪਣੇ ਵਿੱਚੋਂ ਹੀ ਅਨਸਰ ਨੇ, ਜਿਹੜੇ ਗਲਤ ਅਨਸਰ ਹੁੰਦੇ ਆ ਉਹਨਾਂ ਨੂੰ ਜਲਦ ਤੋਂ ਜਗ ਜ਼ਾਹਰ ਕਰਕੇ ਅਤੇ ਉਹਨਾਂ ਦੇ ਨਾਲ ਇਨਸਾਫ, ਉਹ ਵੀ ਪ੍ਰੋਪਰਟੀ ਦੇ ਆਧਾਰ 'ਤੇ ਹੋਣਾ ਚਾਹੀਦਾ, ਲੋਕਾਂ ਨੂੰ ਆਪਣੇ ਹੱਕਾਂ ਲਈ ਆਏ ਨਹੀਂ ਹੋਣਾ ਚਾਹੀਦਾ। ਵਿਚਾਰੇ ਇੱਕ ਤਾਂ ਦੁਖੀ ਨੇ, ਉਹਨਾਂ ਨਾਲ ਕੀ ਹੋਇਆ, ਦੂਸਰਾ ਇਨਸਾਫ ਲਈ ਉਹ ਦਰ ਬਦਰ ਭਟਕਦੇ ਫਿਰਦੇ ਨੇ, ਬਹੁਤ ਮੰਦੀ ਗੱਲ ਹੈ। ਦੇਖੋ ਜੀ, ਇਹ ਜਿਹੜਾ ਮਸਲਾ ਵਾ ਸਾਡਾ, ਇਹ ਤਕਰੀਬਨ 12-13 ਤਰੀਕ ਦਾ ਵਾ, ਇਹ ਬੱਚੀ ਨਾਲ ਜਬਰ ਜਨਾਹ ਹੋਇਆ ਸੀ ਪਿੰਡ ਰੋਲਿਆਂ ਦੀ ਨਾਲ, ਅਤੇ ਉਹਦੇ ਸੰਬੰਧੀ ਅਸੀਂ ਜਿਹੜੇ ਆਪਣੀ ਐਪਲੀਕੇਸ਼ਨ ਸੀਗੀ, ਦਰਖਾਸਤ ਉਹਨਾਂ ਦੇ ਮਾਪਿਆਂ ਵੱਲੋਂ 15 ਤਰੀਕ ਨੂੰ ਥਾਣੇ ਵਿੱਚ ਦਿੱਤੀ ਗਈ, ਜਿਹ 'ਤੇ 4 ਦਿਨ ਕੋਈ ਵੀ ਯਾਨੀ ਕਿ ਕਾਰਵਾਈ ਨਹੀਂ ਹੋਈ, ਜਦਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਹਦਾਇਤਾਂ ਨੇ ਵੀ 24 ਘੰਟੇ ਦੇ ਵਿੱਚ ਬੱਚੀ ਜੋ ਵੀ ਕੋਈ ਪੀੜਤ ਆ ਉਹਦੀ ਡਾਕਟਰੀ ਹੋਣੀ ਚਾਹੀਦੀ ਆ, ਅਤੇ ਜੋ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅਰੈਸਟ ਕਰਨਾ ਚਾਹੀਦਾ, ਬਾਕੀ ਜੋ ਤਪਤੀਸ ਆ ਉਹ ਬਾਅਦ 'ਚ ਹੋਣੀ ਚਾਹੀਦੀ ਆ। ਪਰ ਸਮਰਾਲਾ ਪ੍ਰਸ਼ਾਸਨ ਨੇ, ਚਾਹੇ ਆਪਣਾ ਆਪਾਂ SHO ਨੂੰ ਲਾ ਲਈਏ, ਚਾਹੇ ਉੱਪਰ ਅਫਸਰ ਨੇ, ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਸਾਡੇ 4 ਦਿਨ ਸੰਘਰਸ਼ ਕਰਨ ਤੋਂ ਬਾਅਦ 18 ਤਰੀਕ ਸ਼ਾਮ ਨੂੰ FIR 9 ਵਜੇ ਦਰਜ ਹੁੰਦੀ ਆ, ਉਦੋਂ ਬਾਅਦ ਸਾਡੇ ਜ਼ੋਰ ਪਾਉਣ 'ਤੇ ਹੀ ਡਾਕਟਰੀ ਹੁੰਦੀ ਆ, ਜਦਕਿ ਇਹ ਸਾਰਾ ਪ੍ਰਸ਼ਾਸਨ ਨੇ ਆਪ ਜ਼ਿੰਮੇਵਾਰੀ ਬਣਦੀ ਆ ਕਰਾਉਣ ਦੀ। ਅਸੀਂ ਪਹਿਲਾਂ ਇੱਥੇ 'ਚ ਹੋਈ ਆਪਣੀ ਡਾਕਟਰੀ, ਫਿਰ ਲੁਧਿਆਣੇ ਕਰਾਈ, ਉਦੋਂ ਬਾਅਦ ਮੈਡਮ ਦੇ ਬਿਆਨ ਹੋਏ ਨੇ, ਬਿਆਨ ਸਾਡੇ ਹੋਣ ਤੋਂ ਬਾਅਦ 19 ਤਰੀਕ ਤੋਂ ਇਹਨਾਂ ਨੇ ਹੁਣ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਪਾਈ। ਘਟਨਾ ਇਹ ਆਪਣੇ ਪਿੰਡ ਦੀ ਬੱਚੀ ਨਾਲ ਜੀ ਰੇਪ ਹੋਇਆ ਸੀ, ਉਹਦੇ ਅਕੋਰਡਿੰਗ ਅਸੀਂ ਉਰੇ ਧਰਨਾ ਲਾਇਆ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਹ 15 ਤਰੀਕ ਦਾ ਹੋਇਆ ਅਤੇ 18 ਤਰੀਕ ਨੂੰ ਰਾਤ ਨੂੰ 9 ਵਜੇ ਪਰਚਾ ਹੋਇਆ ਸੀ। ਉਦੋਂ ਬਾਅਦ ਅਸੀਂ ਆਪ ਮੂਹਰੇ ਹੋ ਕੇ ਜੀ ਉਰੇ ਮੈਡੀਕਲ ਕਰਾਇਆ ਸਰਕਾਰੀ ਹੋਸਪਿਟਲ 'ਚ, ਉਦੋਂ ਬਾਅਦ ਦੂਸਰੇ ਦਿਨ ਲੁਧਿਆਣੇ ਜਾ ਕੇ ਵੀ ਕਰਾਇਆ, ਉਦੋਂ ਬਾਅਦ ਵੀ ਹਜੇ ਤੱਕ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ। ਉਹ ਖੁੱਲ੍ਹੇਆਮ ਘੁੰਮ ਰਹੇ ਨੇ, ਉੱਪਰ ਜੀ ਪਰਿਵਾਰ 'ਤੇ ਦਬਾਅ ਪਾ ਰਹੇ ਨੇ, ਕਦੇ ਕਿਸੇ ਤੋਂ ਫੋਨ ਕਰਾ ਕੇ, ਕਦੇ ਕਿਸੇ ਤੋਂ ਫੋਨ ਕਰਾ ਕੇ। ਅਸੀਂ ਸਵੇਰ ਦੇ ਉਰੇ ਬੈਠੇ ਹਾਂ ਧਰਨ ਲਾਈਨ ਧੁੱਪਾਂ 'ਚ, ਕੋਈ ਨਹੀਂ, ਪਹਿਲਾਂ ਤਾਂ 2-2.5 ਘੰਟੇ ਸਾਨੂੰ ਕਿਸੇ ਨੇ ਨਹੀਂ ਪੁੱਛਿਆ,
ਫਿਰ ਡਿਪਟੀ ਸਾਹਿਬ ਮਿਲਣ ਆਏ ਸਾਨੂੰ, ਉਹਨਾਂ ਨਾਲ ਗੱਲਬਾਤ ਹੋਈ, ਉਹ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਕਹਿ ਰਹੇ ਸੀ, ਅਸੀਂ ਸਾਰਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਨਹੀਂ ਇੰਨਾ ਟਾਈਮ ਨਹੀਂ, ਕਿਉਂਕਿ ਪਹਿਲਾਂ ਹੀ ਉਹਨਾਂ ਨੂੰ ਬਹੁਤ ਟਾਈਮ ਦੇ ਚੁੱਕੇ ਅਸੀਂ, 10-15 ਦਿਨ ਹੋ ਚੁੱਕੇ ਨੇ ਜੀ। ਅਸੀਂ ਚਾਹੁੰਦੇ ਹਾਂ ਵੀ ਛੇਤੀ ਛੇਤੀ ਉਹ ਬੰਦੇ ਅਰੈਸਟ ਕੀਤੇ ਜਾਣ ਅਤੇ ਉਹ ਬੱਚੀ ਨੂੰ ਇਨਸਾਫ ਮਿਲੇ, ਕਿਉਂਕਿ ਉਹ ਹੁਣ ਬਹੁਤ ਜ਼ਿਆਦਾ ਦਬਾਅ ਪਾ ਰਹੇ ਨੇ, ਕਦੇ ਕਿਸੇ ਤੋਂ ਫੋਨ ਕਰਾ ਰਹੇ ਨੇ, ਕਦੇ ਕਿਸੇ ਤੋਂ। ਮੈਂ ਹੁਣੇ ਮੌਕੇ 'ਤੇ ਪਹੁੰਚਿਆ, ਚਲੋ ਜਦੋਂ ਮੇਰੇ ਨੋਟਿਸ ਆਇਆ ਸੀਗਾ ਐਫ ਆਈ ਆਰ ਤਾਂ ਅਸੀਂ ਉੱਥੇ ਲੌਜ ਕਰਾਤੀ ਸੀਗੀ, ਬਾਕੀ ਮੈਂ ਦੇਖ ਰਿਹਾ ਇਹਨਾਂ ਵੱਲੋਂ ਇਹ ਕਿਹਾ ਗਿਆ ਵੀ ਹਾਂ ਵੀ ਐਸ ਐਚ ਓ ਨੇ ਕੋਈ ਜਾਂ ਮੁਲਾਜ਼ਮ ਵੱਲੋਂ ਡਿਲੇਅ ਕੀਤਾ ਗਿਆ, ਉਹ ਵੀ ਅਸੀਂ ਚੈੱਕ ਕਰਾਂਗੇ, ਇਨਕੁਆਇਰੀ ਕਰਾਂਗੇ ਪ੍ਰੋਪਰ ਉਹਦੀ, ਅਤੇ ਬਾਕੀ ਦੋਸ਼ੀ ਦੀ ਅਸੀਂ ਟੀਮਸ ਬਣਾ ਕੇ ਸ਼ੁਰੂ ਕੀਤਾ ਰੇਡ, ਅਤੇ ਹੁਣ ਜਲਦ ਤੋਂ ਜਲਦ ਪਹੁੰਚਿਆ ਜਾਊਗਾ, ਜੋ ਮਤਲਬ ਬਣਦੀ ਕਾਰਵਾਈ ਹਰ ਕਿਸੇ 'ਤੇ ਕੀਤੀ ਜਾਊਗੀ, ਕਿਸੇ ਵੀ ਦੋਸ਼ੀ ਨੂੰ 1% ਵੀ ਨਹੀਂ ਬਖਸ਼ਿਆ ਜਾਊਗਾ। ਸਰ ਜੋ ਇਹ ਹੁਣ ਧਰਨਾ ਚੁੱਕਿਆ ਗਿਆ, ਕੀ ਆਸ਼ਵਾਸਨ ਦਿੱਤਾ ਗਿਆ ਜੀ ਇਹਨਾਂ ਨੂੰ? ਆਸ਼ਵਾਸਨ ਉਹੀ ਹੈ ਜੀ, ਹਾਂ ਜੀ ਜੋ ਵੀ ਕਾਰਵਾਈ ਹੋਊਗੀ ਮੈਰਿਟਸ 'ਤੇ ਹੋਊਗੀ ਤਾਂ ਜਲਦ ਤੋਂ ਜਲਦ ਹੋਊਗੀ। ਕਿੰਨੇ ਦਿਨ ਦਾ ਸਰ? ਉਹ ਇਹ ਹਫ਼ਤੇ ਦਾ ਟਾਈਮ ਇਹਨਾਂ ਨੇ ਕਿਹਾ ਵੀ ਸਾਨੂੰ ਸੰਡੇ ਤੱਕ ਦਾ ਸਾਨੂੰ ਟਾਈਮ ਦਿਓ, ਅਸੀਂ ਉਸ ਤੋਂ ਪਹਿਲਾਂ ਜੋ ਵੀ ਬਣਦੀ ਇਹਨਾਂ ਦੇ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੂੰ ਅਸੀਂ ਆਪਣਾ ਗ੍ਰਿਫਤਾਰ ਕੀਤਾ ਜਾਊਗਾ।